ਸਤਿ ਸ਼੍ਰੀ ਅਕਾਲ ਜੀ, ਮੈਂ ਵੀਨਾ ਗੋਇਲ, ਨੈਵੀਗੇਟਰ ਓਵਰਸੀਜ਼ ਚੰਡੀਗੜ੍ਹ ਤੋਂ। ਇਹ ਆਪਾਂ ਹੁਣ ਗੱਲ ਕਰ ਰਹੇ ਹਾਂ ਜਿਹੜਾ ਜੁਲਾਈ ਔਰ ਸੈਪਟੈਂਬਰ ਇਨਟੇਕ। ਜੁਲਾਈ ਵਾਸਤੇ ਆਸਟ੍ਰੇਲੀਆ ਦੇ ਵਾਸਤੇ ਜਿਹੜਾ ਆਲਮੋਸਟ ਯੂਨੀਵਰਸਿਟੀ ਦੀ ਸੀਟਸ ਜਿਹੜੀ ਆ ਕਲੋਜ਼ ਹੋਣ ਵਾਲੀਆਂ। ਰੀਜ਼ਨ ਬੀਂਗ ਜਿਹੜਾ ਹੈ ਬਹੁਤ ਟਾਈਮ ਘੱਟ ਰਹਿ ਗਿਆ, ਸਮਾਂ ਬਹੁਤ ਘੱਟ ਰਹਿ ਗਿਆ। ਔਰ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਟੈਕਨੀਕਲ ਵੀਜ਼ਾ, ਤੁਹਾਡਾ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ। ਜੇ ਪਲੱਸ ਟੂ ਕੀਤੀ ਹੋਈ ਹੈ, ਬਾਰਵੀਂ ਕੀਤੀ ਹੋਈ ਹੈ, 60% ਤੁਹਾਡੇ ਮਿਨੀਮਮ ਹੋਣੇ ਚਾਹੀਦੇ ਬੈਸਟ 4 ਦੇ ਵਿੱਚੋਂ। ਆਇਲਸ ਤੁਹਾਡੀ 6 ਬੈਂਡ ਹੋਣੀ ਚਾਹੀਦੀ ਹੈ। ਬਥੇਰੀ ਜਾਣਕਾਰੀ ਵਾਸਤੇ ਤੁਸੀਂ ਨੈਵੀਗੇਟਰ ਓਵਰਸੀਜ਼ ਤੋਂ ਕੰਸਲਟ ਕਰ ਸਕਦੇ ਹੋ। ਬਾਕੀ ਰਹੀ ਗੱਲ ਸੈਪਟੈਂਬਰ ਇਨਟੇਕ ਕੈਨੇਡਾ ਦੀ, ਕੈਨੇਡਾ ਦਾ ਤਾਂ ਆਲਮੋਸਟ ਸੈਪਟੈਂਬਰ ਇਨਟੇਕ ਖੁੱਲ੍ਹ ਹੈ, ਫਿਰ ਵੀ ਕੁਛ ਕਾਲਜਿਸ ਦੇ ਵਿੱਚ ਸੀਟਾਂ ਬਚੀ ਹੋਈਆਂ। ਜਿਹੜੇ ਵੀ ਸਟੂਡੈਂਟ ਜਿਹੜੇ ਵੀ ਚਾਹਵਾਨ ਕਿਸੇ ਵੀ ਹਿਸਾਬ ਤੋਂ ਤੁਸੀਂ ਅਪਲਾਈ ਨਹੀਂ ਕਰ ਸਕੇ ਪਹਿਲੇ, ਉਹਨਾਂ ਦੇ ਵਾਸਤੇ ਲਾਸਟ ਮੌਕਾ, ਤੁਸੀਂ ਇਮੀਡੀਏਟ ਅਪਲਾਈ ਕਰ ਸਕਦੇ ਹੋ। ਕਿਉਂਕਿ ਨੈਵੀਗੇਟਰ ਕੰਪਨੀ ਨੂੰ 26 ਸਾਲ ਹੋ ਗਏ ਕੰਮ ਕਰਦੇ ਹੋਏ, ਸੋ ਇੰਨੇ ਤਜੁਰਬੇ ਦੇ ਨਾਲ ਤੁਸੀਂ ਸਾਡੇ ਲੱਗੇ ਵੀਜ਼ੇ ਦੇਖੋ, ਜਿਹੜੇ ਕਿ ਟੈਕਨੀਕਲ ਵੀਜ਼ੇ ਹੈ। ਮਤਲਬ ਇਹ ਸੌਖੇ ਵੀਜ਼ੇ ਨਹੀਂ ਹੈ, ਕੋਈ 21 ਪਾਸ ਆਊਟ ਹੈ, ਕਿਸੇ ਦੇ 5.5 ਬੈਂਡ ਹੈ, 2 'ਚ ਜਿਹੜੇ ਕਿ ਆਸਟ੍ਰੇਲੀਅਨ ਕਾਲਜਿਸ ਨਹੀਂ ਲੈਂਦੇ ਉਹ ਵੀ ਵੀਜ਼ੇ। ਇਹ ਰਿਜੈਕਸ਼ਨ 3 ਵਾਰੀ ਰਿਜੈਕਸ਼ਨ ਦੇ ਬਾਅਦ ਵੀਜ਼ਾ ਕੈਨੇਡਾ ਦਾ। ਕਿਉਂਕਿ ਨੈਵੀਗੇਟਰ ਦੀ ਖਾਸੀਅਤ ਹੈ ਕਿ ਤਜੁਰਬੇਕਾਰ ਕੰਪਨੀ, ਅਤੇ ਸਾਰਾ ਹੀ ਸਟਾਫ ਬਹੁਤ ਤਜੁਰਬੇਕਾਰ ਹੈ। ਵਧੇਰੇ ਜਾਣਕਾਰੀ ਵਾਸਤੇ ਤੁਸੀਂ ਨੈਵੀਗੇਟਰਸ ਨਾਲ ਸੰਪਰਕ ਕਰੋ।